ਸ਼ਾਂਤਾ ਲੱਗਿਆ ਸੀ 7 ਵਜੇ ਆ ਜਾਓਗੇ ਕਿਉਂਕਿ ਟੈਸਟ ਦੀ ਤਿਆਰੀ ਪੂਰੀ ਸੀ ਤੁਹਾਡੀ। ਫਸਟ ਵੋਟਿੰਗ ਕੀਤੀ ਤੁਸੀਂ ਅੱਜ, ਕੀ ਕਹਿਣਾ ਚਾਹੋਗੇ ਵੋਟਿੰਗ? ਦੇਖੋ ਅੱਜ 20 ਫਰਵਰੀ ਦਾ ਦਿਨ ਬੜੇ ਇੰਤਜ਼ਾਰ ਤੋਂ ਬਾਅਦ ਆਇਆ ਹੈਗਾ ਔਰ ਹਰ ਕਿਸੇ ਨੂੰ ਆਪਣਾ ਜਿਹੜਾ ਵੋਟ ਦਾ ਆਪਣਾ ਡੈਮੋਕਰੇਟਿਕ ਰਾਈਟ ਹੈ ਉਹਦਾ ਪ੍ਰਯੋਗ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਅੱਜ ਦਾ ਦਿਨ ਬੜਾ ਬਿਜ਼ੀ ਰਹਿਣ ਵਾਲਾ ਹੈ। ਤਾਂ ਇਸ ਕਰਕੇ ਆਈ ਮੇਡ ਇਟ ਏ ਪੁਆਇੰਟ ਕਿ ਸਵੇਰੇ 8 ਵਜੇ ਆ ਕੇ ਆਪਣੇ ਪੋਲਿੰਗ ਬੂਥ 'ਤੇ ਆ ਕੇ ਮੈਂ ਆਪਣੀ ਵੋਟ ਕਾਸਟ ਕੀਤੀ ਹੈਗੀ ਹੈ। ਜਿੱਥੋਂ ਤੱਕ ਪ੍ਰਬੰਧਾਂ ਦਾ ਸੰਬੰਧ ਹੈ, ਲੁਧਿਆਣੇ ਜ਼ਿਲ੍ਹੇ 'ਚ 2979 ਪੋਲਿੰਗ ਬੂਥ ਨੇ। ਸਾਰੀਆਂ ਥਾਵਾਂ 'ਤੇ ਪੋਲਿੰਗ ਬੂਥ ਹੈ ਜਿਹੜੇ ਪੋਲਿੰਗ ਸਟੇਸ਼ਨ ਨੇ ਉਹ ਸੈਟਅਪ ਹੋ ਚੁੱਕੇ ਨੇ ਔਰ ਸ਼ਾਂਤਮਈ ਤਰੀਕੇ ਨਾਲ ਜਿਹੜਾ ਹੈਗਾ ਮੌਕ ਪੁੱਲ ਤੋਂ ਬਾਅਦ ਪੋਲਿੰਗ ਪ੍ਰੋਸੈਸ ਸਟਾਰਟ ਹੋ ਚੁੱਕਿਆ। ਮੈਂ ਲੋਕਾਂ ਨੂੰ ਇਹ ਭਰੋਸਾ ਦਿਵਾਉਣਾ ਕਿ ਸਾਰੀ ਥਾਂ 'ਤੇ ਅਸੀਂ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਹੋਏ ਨੇ। 82 ਕੰਪਨੀ CAPF ਦੀਆਂ, 5,000 ਦੇ ਕਰੀਬ ਪੰਜਾਬ ਪੁਲਿਸ ਦੇ ਮੁਲਾਜ਼ਮ ਔਰ ਇਸ ਤੋਂ ਇਲਾਵਾ 21,000 ਦੇ ਕਰੀਬ ਸਿਵਲ ਮੁਲਾਜ਼ਮ ਜਿਹੜੇ ਵੱਖ ਵੱਖ ਥਾਵਾਂ 'ਤੇ ਡਿਊਟੀਆਂ ਦੇ ਰਹੇ ਆ, ਜਿਨ੍ਹਾਂ 'ਚੋਂ ਸਿੱਧੇ 14,500 ਤਾਂ ਐਜ਼ ਏ ਪੋਲਿੰਗ ਅਤੇ ਪ੍ਰੈਜ਼ਾਈਡਿੰਗ ਆਫਿਸਰਸ ਦੀ ਲਗਾਏ ਹੋਏ ਨੇ। ਬਾਕੀ ਵੇਰੀਅਸ ਟੀਮਸ ਹੈ ਫੀਲਡ ਦੇ ਵਿੱਚ ਨੇ। ਅੱਜ ਲੁਧਿਆਣੇ ਦੇ ਵੋਟਰਾਂ ਨੂੰ ਮੈਂ ਇਹ ਬੇਨਤੀ ਕਰਦਾ ਜਿਹੜੇ ਕਿ 26,93,000 ਸਾਡੇ ਪੁਲਿਸਟਾਂ ਨੇ ਕਿ ਉਹ ਸਾਰੇ ਹੁੰਮ ਹੁਮਾ ਕੇ ਆਪਣੇ ਜਿਹੜੇ ਪੋਲਿੰਗ ਬੂਥ ਨੇ ਉੱਥੇ ਆਉਣ, ਆਪਣੇ ਮਤ ਦਾ ਪ੍ਰਯੋਗ ਕਰਨ। ਮੇਰੀ